ਸਸਵੀਕਾਲ ਜੀ ਆਇਆਂ ਨੂੰ ਜੀ ਸਿਟੀ ਗਰੁੱਪ ਆਫ ਇੰਸਟੀਟਿਊਸ਼ਨ ਜਲੰਧਰ ਚ ਪਹੁੰਚੀ ਹੋਈ ਸਾਰੀ ਆਡੀਅੰਸ ਦਾ ਗੁਰਜੀਤ ਸਿੰਘ ਵੱਲੋਂ ਪੀਟੀਸੀ ਪੰਜਾਬੀ ਦੀ ਸਾਰੀ ਟੀਮ ਦੇ ਵੱਲੋਂ ਬਹੁਤ-ਬਹੁਤ ਸਵਾਗਤ ਹੈ ਤੇ ਨਾਲ ਦੀ ਨਾਲ ਘਰ ਬੈਠੇ ਹੋਏ ਵਿਊਅਰਸ ਦਾ ਵੀ ਬਹੁਤ-ਬਹੁਤ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਮੈਂ ਗੱਲ ਕਰਾਂ ਇਹਨਾਂ ਗੱਭਰੂਆਂ ਦੇ ਬਾਰੇ ਖਾਸ ਤੌਰ ਤੇ ਜਿਹੜੇ ਚਾਰ ਜਣੇ ਲੀਡ ਕਰ ਰਹੇ ਸੀਗੇ ਇਹ ਸੀਗੇ ਜੀ ਗੁਰਲਾਲ ਸਿੰਘ ਅਵਨੀਤ ਸਿੰਘ ਮਹਿਕਦੀਪ ਸਿੰਘ ਤੇ ਹਰਪ੍ਰੀਤ ਸਿੰਘ ਇਹ ਨੇ ਜੀ ਉਹ ਚਾਰ ਗੱਭਰੂ ਜਿਨ੍ਹਾਂ ਦਾ ਨਾਮ ਇਸੇ ਮੰਚ ਤੋਂ ਬਣਿਆ ਮਿਸਟਰ ਪੰਜਾਬ ਤੋਂ ਉਹਨਾਂ ਦੀ ਪਹਿਚਾਣ ਬਣੀ ਹੈ ਤੇ ਅੱਜ ਉਹ ਪੂਰੇ ਸਕਸੈਸਫੁਲੀ ਤੇ ਟੌਰ ਦੇ ਨਾਲ ਆਪਣੀ ਮੰਜ਼ਲਾਂ ਵੱਲ ਵੱਧ ਰਹੇ ਇੱਕ ਵਾਰ ਜ਼ੋਰਦਾਰ ਤਾੜੀਆਂ ਨਾਲ ਚਾਰਾਂ ਗੱਭਰੂਆਂ ਦੇ ਲਈ ਜੀ ਤੇ ਇਦਾਂ ਦੀ ਸੋਚ ਰੱਖ ਕੇ 9 ਫਾਈਨਲਿਸਟ ਪਹੁੰਚੇ ਹੋਏ ਨੇ ਜੀ ਮਿਸਟਰ ਪੰਜਾਬ 2019 ਦੇ ਗ੍ਰੈਂਡ ਫਿਨਾਲੇ ਦੇ ਵਿੱਚ ਜਿਹਦੀ ਗਵਾਹੀ ਤੁਸੀਂ ਸਾਰੇ ਭਰੋਂਗੇ ਆਪਾਂ ਸਾਰੇ ਭਰਾਂਗੇ ਜੀ ਤੇ ਘਰ ਵਿੱਚ ਬੈਠੇ ਸਾਰੇ ਵਿਊਅਰਸ ਮੈਂ ਕਿਹਾ ਜੀ ਕੈਮਰੋ ਸਪੋਰਟ ਵਾਲਾ ਕੰਮ ਆਪਾਂ ਖਿੱਚ ਕੇ ਰੱਖਣਾ ਸਾਰਿਆਂ ਨੇ ਕਿਉਂਕਿ ਅੱਜ ਦੇ ਇਸ ਮੁਕਾਬਲੇ ਦੇ ਵਿੱਚ ਜੋਸ਼ ਹੋਏਗਾ ਹੱਦੋਂ ਵੱਧ ਜਨੂੰਨ ਹੋਏਗਾ ਜੀ ਨੇਮ ਤੇ ਫੇਮ ਪਾਉਣ ਦੇ ਲਈ ਤੇ ਨਾਲ ਦੀ ਨਾਲ ਜੇ ਗੱਲ ਕਰੀਏ ਜਜ਼ਬੇ ਦੀ ਤਾਂ ਜਿਹਦੇ ਅੰਦਰ ਜਿੱਤਣ ਦਾ ਜਜ਼ਬਾ ਹੋਏਗਾ ਉਹੀ ਡਿਸਾਈਡ ਕਰੇਗਾ ਜੀ ਉਹਦਾ ਫਿਊਚਰ ਸਾਡੇ ਸ਼ੋਅ ਦੇ ਕੋ ਪ੍ਰੈਜ਼ੈਂਟਰ ਨੇ ਜੀ ਕੋਲਗੇਟ ਸਮਾਈਲ ਕਰੋ ਸ਼ੁਰੂ ਹੋ ਜਾਓ ਐਂਡ ਗੋਦਰੇਜ ਐਕਸਪਰਟ ਰਿਚ ਕ੍ਰੇਮ ਰੁਕਣਾ ਨਹੀਂ ਓਕੇ ਐਂਡ ਪਾਵਰਡ ਬਾਈ ਐਕਸ ਮੇਕ ਯੂਰ ਓਨ ਰੂਲਸ ਅਸੋਸੀਏਟ ਸਪੋਂਸਰ ਨੇ ਹੈਡ ਐਂਡ ਸ਼ੋਲਡਰਸ ਬਾਇਰਸ ਨੈਟਿਵੋ ਐਂਡ ਪੰਜਾਬੀ ਸ਼ਾਦੀ ਤੇ ਨਾਲ ਦੀ ਨਾਲ ਐਂਕਰ ਐਂਡ ਜੱਜਿਸ ਵਾਰਡਰੋਬ ਬਾਏ ਸਿਜ਼ਲਰਸ ਜਹਾਂ ਪਨਾਹ ਮਾਹੀ ਡਿਜ਼ਾਈਨ ਸਟੂਡੀਓ ਬਾਏ ਮੁਕੇਸ਼ ਮਹਿਰਾ ਅੰਮ੍ਰਿਤਸਰ ਲਕਸ਼ਮੀ ਸਟੋਰਸ ਲੁਧਿਆਣਾ ਨੀਲੀਬਾਰ ਲੁਧਿਆਣਾ ਐਂਡ ਡਰੇਪ ਸਾਰੀਜ਼ ਜਵੈਲਰੀ ਪਾਰਟਨਰ ਕੈਓਟਿਕ ਬਾਏ ਆਰਤੀ ਚੱਡਾ ਐਂਡ ਮੇਕਅਪ ਪਾਰਟਨਰ ਓਰੇਨ ਇੰਟਰਨੈਸ਼ਨਲ ਮਾੜੀਆਂ ਤਾੜੀਆਂ ਖਿੱਚ ਕੇ ਤੁਸੀਂ ਰੱਖਣੀਆਂ ਸਾਡੇ ਸਪੋਂਸਰਸ ਲਈ ਬਹੁਤ ਹੈਵੀ ਵੇਟ ਅੱਜ ਦਾ ਸਾਡਾ ਇਹ ਸ਼ੋਅ ਹੈ ਜੀ ਕਹਿੰਦੇ ਨੇ ਕਿ ਜ਼ਮੀਰਾਂ ਬਦਲ ਦਿੰਦਾ ਏ ਲਕੀਰਾਂ ਬਦਲ ਦਿੰਦਾ ਏ ਭਰੋਸੇ 'ਚ ਇੰਨੀ ਸ਼ਫਾ ਹੈ ਕਿ ਤਕਦੀਰਾਂ ਬਦਲ ਦਿੰਦਾ ਹੈ ਅੱਜ ਤਕਦੀਰਾਂ ਵੀ ਬਦਲਣਗੀਆਂ ਅਤੇ ਦੇਖਣ ਵਾਲੀ ਗੱਲ ਹੋਏਗੀ ਕਿਹਦੀ ਤਕਦੀਰ ਕਿਹਨੂੰ ਕਿੱਥੇ ਤੱਕ ਲੈ ਕੇ ਜਾਂਦੀ ਹੈ ਅਤੇ ਜੇ ਗੱਲ ਕਰੀਏ ਅੱਜ ਦੌ 'ਤੇ ਲੱਗੀਆਂ ਹੋਈਆਂ ਨੇ ਤਕਦੀਰਾਂ ਉਹਨਾਂ ਗੱਭਰੂਆਂ ਦੀਆਂ ਜਿਹੜੇ ਬਿਲੋਂਗ ਕਰਦੇ ਨੇ ਅੰਮ੍ਰਿਤਸਰ ਤੋਂ ਹੁਸ਼ਿਆਰਪੁਰ ਤੋਂ ਸੰਗਰੂਰ ਤੋਂ ਸਨਾਮ ਤੋਂ ਬਠਿੰਡੇ ਤੋਂ ਗੁਰਦਾਸਪੁਰ ਤੋਂ ਇਹ ਗੱਲ ਮੈਂ ਇੰਨੇ ਜੋਸ਼ ਨਾਲ ਤਾਂ ਕਹੀ ਹੈ ਤਾਂ ਕਿ ਸਪੋਰਟ ਵਾਲਾ ਜਿਹੜਾ ਕੰਮ ਹੈ ਜੀ ਇੱਥੇ ਬੈਠ ਕੇ ਵੀ ਤੁਸੀਂ ਖਿੱਚ ਕੇ ਰੱਖਣਾ ਜਿਹੜੇ ਇੱਥੇ ਬੈਠੇ ਆ ਇਹਨਾਂ ਦੀ ਜੋਸ਼ ਵਾਲੀ ਹੁੰਗਾਰੇ ਵਾਲੀ ਆਵਾਜ਼ ਆਡੀਟੋਰੀਅਮ ਤੋਂ ਬਾਹਰ ਜਾਣੀ ਚਾਹੀਦੀ ਹੈ ਅਤੇ ਜਿਹੜੇ ਘਰ ਬੈਠ ਕੇ ਸਪੋਰਟ ਕਰ ਰਹੇ ਆ ਮੈਂ ਕਿਹਾ ਜੀ ਤੁਹਾਡੀ ਆਵਾਜ਼ ਅਗਲੇ ਮੁਹੱਲੇ ਤੱਕ ਜਾਣੀ ਚਾਹੀਦੀ ਹੈ ਤਾਂ ਕਿ ਉਹ ਆ ਕੇ ਪੁੱਛਣ ਬਈ ਕਿਆ ਮਾਜਰਾ ਹੋ ਰੱਖਿਆ ਸੌਖਾ ਸਾਰਾ ਫਿਰ ਬਾਂਹ ਫੜ ਕੇ ਤੁਸੀਂ ਉਹਨਾਂ ਨੂੰ ਕਹਿਣਾ ਬਈ ਪਕੌੜੇ ਬਣਾਏ ਹੋਏ ਆ ਮਿਸਟਰ ਪੰਜਾਬ ਦਾ ਗ੍ਰੈਂਡ ਫਿਨਾਲੇ ਚੱਲ ਰਿਹਾ ਤੁਸੀਂ ਵੀ ਆ ਗਏ ਬਹਿ ਜਾਓ ਇਹਦੇ ਨਾਲ ਦੇਖੋ ਜੀ ਦੋ ਕੰਮ ਹੋ ਜਾਣੇ ਆ ਇੱਕ ਤਾਂ ਸਪੋਰਟ ਵਧੂਗੀ ਅਤੇ ਇੱਧਰ PTC ਦੀ ਆਪਣੀ TRP ਵਧੂਗੀ ਸੋ ਖਿੱਚ ਕੇ ਰੱਖਣਾ ਆਪਾਂ ਇਹ ਕੰਮ ਨਾ ਪੂਰਾ ਟੌਰ ਦੇ ਨਾਲ ਅਤੇ ਨਾਲ ਦੀ ਨਾਲ ਟੌਰ ਉਦੋਂ ਬਣੇਗੀ ਜਦੋਂ ਇਹਨਾਂ ਨੂੰ ਇਸ ਮੰਚ ਤੋਂ ਇਹ ਮੁਕਾਬਲਾ ਜਿੱਤਣ ਤੋਂ ਬਾਅਦ ਸ਼ੋਹਰਤ ਮਿਲੇਗੀ ਦੁਨੀਆ ਵਿੱਚ ਨਾਮ ਹੋਏਗਾ ਅਤੇ ਨਾਲ ਦੀ ਨਾਲ PTC ਪੰਜਾਬੀ ਦੇ ਵੱਲੋਂ ਮਿਲੇਗਾ ਜੀ ਵਿਨਰ ਨੂੰ 1 ਲੱਖ ਰੁਪਏ ਦਾ ਕੈਸ਼ ਪ੍ਰਾਈਜ਼ ਫਸਟ ਰਨਰ ਅਪ ਨੂੰ 50,000 ਦਾ ਕੈਸ਼ ਪ੍ਰਾਈਜ਼ ਅਤੇ ਸੈਕਿੰਡ ਰਨਰ ਅਪ ਨੂੰ 35,000 ਦਾ ਕੈਸ਼ ਪ੍ਰਾਈਜ਼ ਤਾੜੀਆਂ ਖਿੱਚ ਕੇ ਰੱਖਣੀਆਂ ਆਪਾਂ ਗਰਮ ਜੋਸ਼ੀ ਅਤੇ ਤੱਤੇ ਇੱਦਾਂ ਹੀ ਬਣਾ ਕੇ ਰੱਖਣਾ ਮਾਹੌਲ ਨੂੰ ਜੀ ਸੋ ਅੱਜ ਦੇ ਇਸ ਮੁਕਾਬਲੇ ਦੇ ਵਿੱਚ ਤੁਹਾਨੂੰ ਵੱਖੋ ਵੱਖ ਤਰ੍ਹਾਂ ਦੀ ਐਂਟਰਟੇਨਮੈਂਟ ਹੋਏਗੀ ਮੈਂ ਇਹ ਕਹਿ ਸਕਦਾ ਇਸ ਮੰਚ ਤੋਂ ਅੱਜ ਫੁੱਲ ਔਨ ਐਂਟਰਟੇਨਮੈਂਟ ਹੋਏਗੀ ਫੁੱਲ ਔਨ ਐਕਸਾਈਟਮੈਂਟ ਨਜ਼ਰ ਆਏਗੀ ਫੁੱਲ ਔਨ ਕ੍ਰੇਜ਼ੀਨੈਸ ਨਜ਼ਰ ਆਏਗੀ ਅਤੇ ਫੁੱਲ ਔਨ ਮਸਤੀ ਹੋਏਗੀ ਅਤੇ ਇਸ ਐਕਸਾਈਟਮੈਂਟ ਭਰੇ ਮੁਕਾਬਲੇ ਨੂੰ ਜੱਜ ਕਰਨਗੇ ਜੀ ਫੁੱਲ ਔਨ ਸੋਹਣੇ ਐਨਰਜੈਟਿਕ ਸਾਡੇ ਜੱਜਿਸ ਸੋ ਸਭ ਤੋਂ ਪਹਿਲਾਂ ਜੀ ਉਹ ਜੱਜ ਜਿਨ੍ਹਾਂ ਦੀ ਗੇਂਦ ਪੇਸ ਵਾਲੀ ਗੇਂਦ ਉੱਤੇ ਸਾਰੇ ਪੈ ਜਾਂਦੇ ਨੇ ਫਿੱਕੇ ਕ੍ਰਿਕਟ ਦੇ ਤੁਰੰਦਰ ਰਤਿੰਦਰ ਸਿੰਘ ਸੋਢੀ ਵੈਲਕਮ ਜੀ ਆਇਆਂ ਨੂੰ ਸੈਕਿੰਡ ਜੱਜ ਬਿਊਟੀ ਤੇ ਬ੍ਰੇਨ ਦਾ ਕੰਬੀਨੇਸ਼ਨ ਬਾਲੀਵੁੱਡ ਜੀਵਾ ਏਹਾਨਾ ਟਿੱਲੋ ਥਰਡ ਜੱਜ ਸਾਡਾ ਹੈਗਾ ਜੀ ਯੋਧਾ ਉਹਨਾਂ ਦਾ ਨਾਮ ਹੀ ਉਹਨਾਂ ਦੀ ਮਿਹਨਤ ਦੀ ਕਹਾਣੀ ਨੂੰ ਬਿਆਨ ਕਰਦਾ ਤੇ ਉਹ ਹੈ ਜੀ ਸੁਪਰ ਟੈਲੈਂਟਡ ਕੁਲਜਿੰਦਰ ਸਿੱਧੂ ਵੈਲਕਮ ਭਾਜੀ ਤੇ ਇਹਦੇ ਨਾਲ ਹੀ ਮੈਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਆਈ ਰੀਅਲੀ ਫੀਲ ਆਨਰਡ ਟੂ ਟੇਕ ਹਰ ਨੇਮ ਅੱਜ ਸਾਡੇ ਜੱਜਿਸ ਪੈਨਲ ਦੇ ਵਿੱਚ ਉਹ ਪਹੁੰਚੇ ਨੇ ਅਤੇ ਜਦੋਂ ਮਿਸਟਰ ਪੰਜਾਬ ਦਾ ਫਸਟ ਸੀਜ਼ਨ ਹੋਇਆ ਸੀ ਉਦੋਂ ਵੀ ਜੱਜਮੈਂਟ ਦੀ ਵਾਗਡੋਰ ਇਹਨਾਂ ਨੇ ਸੰਭਾਲੀ ਸੀਗੀ ਪੰਜਾਬੀਆਂ ਦਾ ਮਾਣ ਬਾਲੀਵੁੱਡ ਦੀ ਸ਼ਾਨ ਸੁਪਰ ਟੈਲੈਂਟਿਡ ਵਰਸਟਾਈਲ ਐਕਟਰੈਸ ਦਿਵਿਆ ਦੱਤਾ ਜੀ ਵੈਲਕਮ ਮੈਮ ਵਾਹ ਜੀ ਵਾਹ ਵਾਹ ਜੀ ਵਾਹ
ਤੇ ਹੁਣ ਉਹ ਸ਼ਖਸੀਅਤ ਦਾ ਨਾਮ ਜਿਹੜਾ ਨਾ ਸਿਰਫ ਇੱਕ ਇੱਦਾਂ ਦਾ ਲੀਡਰ ਹੈ ਜਿਹਦੀ ਨਜ਼ਰ ਅੱਜ ਤੋਂ ਕਈ ਸਾਲ ਅੱਗੇ ਵਾਸਤੇ ਸੋਚਦੀ ਆ, ਉਹ ਵੀ ਆਪਣੇ ਲਈ ਨਹੀਂ ਬਲਕਿ ਸਾਰੇ ਪੰਜਾਬੀਆਂ ਦੇ ਲਈ। ਇੱਕ ਪੰਜਾਬੀ ਚੈਨਲ ਤੋਂ ਪਹਿਚਾਣ ਬਣਾਉਣੀ ਬਾਲੀਵੁੱਡ ਵਿੱਚ ਜਾ ਕੇ ਵੀ, ਬਾਲੀਵੁੱਡ ਤੱਕ ਜਦੋਂ ਗੱਲਾਂ ਹੁੰਦੀਆਂ ਨੇ ਤਾਂ ਗੱਲ ਹੁੰਦੀ ਹੈ PTC ਨੈਟਵਰਕ ਦੀ, PTC ਚੈਨਲਸ ਦੀ। ਸੋ ਜਿਹਦੀ ਸੋਚ ਉਹਦੀ ਟੀਮ ਹੈ ਤੇ ਜਿਹਦੀ ਟੀਮ ਹੀ ਉਹਦੀ ਸੋਚ ਹੈ, ਪਲੀਜ਼ ਵੈਲਕਮ ਵਿਦ ਅ ਹਿਊਜ ਰਾਊਂਡ ਆਫ ਅਪਲੌਜ਼ PTC ਨੈਟਵਰਕ ਦੇ MD ਤੇ ਪ੍ਰੈਜ਼ੀਡੈਂਟ ਮਿਸਟਰ ਰਵਿੰਦਰ ਨਾਰਾਇਣ ਜੀ। ਜਜਿਸ, ਵਾਹ ਜੀ ਵਾਹ, ਵਾਹ ਜੀ ਵਾਹ। ਇਹ ਨਜ਼ਰਾਂ ਮੈਂ ਪਹਿਲਾਂ ਤਾਂ ਉੱਧਰ ਕਮਾਈਆਂ ਕਿਉਂਕਿ ਨਹੀਂ ਇੱਥੋਂ ਹਟਣੀਆਂ ਹੀ ਨਹੀਂ ਸੀਗੀਆਂ। ਐਡੇ ਸੋਹਣੇ ਸਾਡੇ ਜਜਿਸ ਲੱਗ ਰਹੇ ਨੇ ਜੀ, ਤਿਆਰੀਆਂ ਨੇ ਜੀ, ਫਿਰ ਖਿੱਚ ਕੇ ਪੂਰੀਆਂ। ਸਿੱਧੂ ਭਾਅ ਜੀ ਬਿਲਕੁਲ, ਗੁਰਜੀਤ ਫੁੱਲ, ਬੜਾ ਫੁੱਲ ਐਨਰਜੀ ਹੈ, ਜੋਸ਼ ਹੈ, ਜਿੰਨਾ ਆਡੀਅੰਸ ਜੋਸ਼ ਹੈ ਉਸ ਤੋਂ ਵੱਧ ਸਾਡੇ 'ਚ ਜੋਸ਼ ਹੈ, ਜੋ ਆਡੀਅੰਸ ਨੂੰ ਦੇਖਣਾ ਪੈਣਾ ਕਿ ਸਾਡੇ ਨਾਲ ਮੈਚ ਕਰਦਾ ਉਹਨਾਂ ਦਾ ਜੋਸ਼। ਬਿਲਕੁਲ ਜੀ ਬਿਲਕੁਲ। ਦੇਵਦਾਤਾ ਜੀ ਵੈਲਕਮ ਬੈਕ, ਇੱਕ ਵਾਰ ਫਿਰ ਤੋਂ ਸਵਾਗਤ ਹੈ। ਸ਼ੁਕਰੀਆ ਜੀ। ਸੋ ਅੱਜ ਦੇ ਮੁਕਾਬਲੇ ਤੋਂ ਉਮੀਦਾਂ ਫਿਰ ਬਰਕਰਾਰ? ਬਹੁਤ ਸਾਰੀਆਂ ਉਮੀਦਾਂ ਤੇ ਬਹੁਤ ਵੱਡੀਆਂ ਐਕਸਪੈਕਟੇਸ਼ਨਸ। ਸੋ ਮੈਂ ਤਾਂ ਬਿਲਕੁਲ ਇੱਥੇ ਅੱਜ ਇੰਜੋਏ ਕਰਨ ਆਈ ਹਾਂ, ਦੇਖਣ ਆਈ ਹਾਂ ਕਿ ਇਹਨਾਂ ਨੇ ਜਿਹੜੇ 9 ਚੁਣੇ ਨੇ ਉਹ ਕਿਹੋ ਜਿਹੇ ਨੇ, ਉਹਨਾਂ ਦੇ ਕਿੰਨੀਆਂ, ਮਤਲਬ ਮੈਂ ਜਿਹੜਾ ਪਹਿਲਾ ਸੀਜ਼ਨ ਦੇਖਿਆ ਸੀ ਉਹਦੇ ਵਿੱਚੋਂ ਬਹੁਤ ਸਾਰੇ ਮੁੰਡੇ ਨਿਕਲ ਕੇ ਆਏ ਸੀ, ਐਂਡ ਆਈ ਥਿੰਕ PTC ਨੇ ਬਹੁਤ ਖੂਬਸੂਰਤ ਪਲੈਟਫਾਰਮ ਦਿੱਤਾ ਹੈ ਜੇ ਮੁੰਡਿਆਂ ਨੂੰ ਅੱਗੇ ਆਉਣ ਦਾ। ਸੋ ਆਈ ਐਮ ਵੈਰੀ ਰੀਲੀ ਵੇਟਿੰਗ ਕਿ ਇਸ ਸਾਲ ਕਿਹੜੇ ਉਹ ਹੀਰੇ ਸਾਡੇ ਕੋਲ ਆਏ ਨੇ ਜਿਹੜੇ ਦੇ ਗੋਇੰਗ ਟੂ ਸ਼ਾਈਨ ਆਲ ਓਵਰ ਦਾ ਵਰਲਡ। ਐਗਜੈਕਟਲੀ ਜੀ, ਐਗਜੈਕਟਲੀ। ਸੋਰੀ ਭਾਅ ਜੀ, ਮੈਮ ਨੇ ਤੁਹਾਡੇ ਵੱਲ ਗੱਲ ਸਿੱਟਤੀ ਹੈ, ਮਤਲਬ ਜਜਿਸ ਵੱਲ ਸਿੱਟਤੀ ਹੈ ਕਿ ਜਿਹੜੇ ਤੁਸੀਂ ਚੁਣ ਕੇ ਲੈ ਕੇ ਆਏ ਹੋ, ਸੋ ਕਿੱਦਾਂ ਦੀ ਫੀਲ ਆ ਜੀ ਅੰਦਰ? ਮੈਮ ਤੁਹਾਨੂੰ ਮੈਂ ਦਾਅਵੇ ਨਾਲ ਕਹਿ ਸਕਦਾ, ਜਿਹੜੇ ਮੁੰਡੇ ਤੁਸੀਂ ਅੱਜ ਦੇਖਣ ਵਾਲੇ ਹੋ ਨਾ, ਇਟ ਵੁੱਡ ਬੀ ਨਰਵ ਕਰੈਕਿੰਗ ਐਕਸਪੀਰੀਅੰਸ, ਬਿਕੋਜ਼ ਇਹਨਾਂ ਮੁੰਡਿਆਂ ਨੇ ਜੋ ਮਿਹਨਤ ਕੀਤੀ ਹੈ, ਅਣਕ ਦਾ ਅਖਾੜਾ, ਬੋਰੀਆਂ ਚੱਕ ਕੇ ਭੱਜਣਾ, 100 ਕਿਲੋ ਦੇ ਡਰੰਮ ਨੂੰ ਧਕੇਲਣਾ, ਇਟ ਹੈਜ਼ ਬੀਨ ਮੈਸਿਵ, ਅਤੇ ਆਈ ਐਮ ਲੁਕਿੰਗ ਫੋਰਵਰਡ। ਅਤੇ ਅੱਜ ਦਿਲ ਬਹੁਤ ਮਾਯੂਸ ਵੀ ਹੈ ਕਿ ਇੱਕ ਬਣੇਗਾ ਚੈਂਪੀਅਨ ਅਤੇ 8 ਰਹਿ ਜਾਣਗੇ, ਬਟ ਆਈ ਐਮ ਸ਼ੋਰ ਆਲ 9 ਆ ਚੈਂਪੀਅਨ, ਆਲ 9 ਹੀ ਨਹੀਂ, ਜਿਹਨਾਂ ਨੇ ਪਾਰਟੀਸਪੇਟ ਕੀਤਾ, ਜਿਹੜੇ ਰਹਿ ਗਏ, ਆਗਿਆਪਾਲ, ਗੁਰਸ਼ਰਨ, ਸਾਹਿਲ ਵਰਮਾ, ਆਈ ਥਿੰਕ ਦੇ ਡਿਜ਼ਰਵ ਦਾ ਐਕੋਲੇਟਸ, ਬਿਕੋਜ਼ ਸਭ ਨੇ ਕੋਸ਼ਿਸ਼ ਕੀਤੀ ਹੈ ਇਸ ਵੱਡੇ ਮੰਚ 'ਤੇ। ਬਿਲਕੁਲ ਜੀ ਬਿਲਕੁਲ। ਯਾਨਾ ਢਿੱਲੋਂ ਜੀ, ਕੀ ਐਕਸਪੈਕਟੇਸ਼ਨਸ ਨੇ ਅਤੇ ਆਪਣੇ ਵੱਲੋਂ ਕਿੱਦਾਂ ਬੂਸਟ ਅਪ ਕਰਨਾ ਚਾਹੋਗੇ ਸਾਰਿਆਂ ਨੂੰ? ਆਈ ਥਿੰਕ ਵੀ ਆਲ ਆਰ ਸੁਪਰ ਐਕਸਾਈਟਡ, ਆਡੀਅੰਸ ਦਾ ਵੀ ਜੋਸ਼ ਦੇਖ ਲਓ। ਵੈਸੇ ਗਾਇਸ, ਅੱਜ ਤੁਹਾਡੀ ਸਾਰਿਆਂ ਦੀ ਸਪੋਰਟ ਬਹੁਤ ਇੰਪੋਰਟੈਂਟ ਹੈ, ਕਿਉਂਕਿ ਅਸੀਂ ਜੋ ਜੱਜਸ ਹਾਂ ਅਸੀਂ ਤਾਂ ਹੁਣ ਤੱਕ ਸਾਰਿਆਂ ਨੂੰ ਸਪੋਰਟ ਕਰਦੇ ਆਏ ਹਾਂ, ਅੱਜ ਤੁਹਾਡਾ ਜੋਸ਼ ਚੈੱਕ ਕਰਨਾ, ਅਸੀਂ ਦੇਖਦੇ ਹਾਂ ਸਾਥੋਂ ਜ਼ਿਆਦਾ ਤੁਹਾਡਾ ਜੋਸ਼ ਹੈ ਕਿ ਨਹੀਂ। ਵੈਲ, ਵੀ ਆਰ ਸੁਪਰ ਐਕਸਾਈਟਡ, ਐਂਡ ਆਈ ਥਿੰਕ ਜਿੰਨੇ ਵੀ ਬੱਚੇ ਇੱਥੋਂ ਤੱਕ ਪਹੁੰਚੇ ਦੇ ਆਲ ਆਰ ਸੁਪਰ ਸੁਪਰ ਟੈਲੈਂਟਡ, ਐਂਡ ਆਈ ਥਿੰਕ ਸੈਮੀ ਫਾਈਨਲ ਦੇ ਵਿੱਚ ਤਾਂ ਮੈਂ ਰੋ ਪੀ ਸੀਗੀ, ਅੱਜ ਪਤਾ ਨਹੀਂ ਮੇਰਾ ਕੀ ਹਾਲ ਹੋਣ ਵਾਲਾ ਹੈ, ਬਟ ਆਈ ਥਿੰਕ ਫੋਰ ਮੀ ਦੇ ਆਲ ਆਰ ਵਿਨਰਸ, ਬਟ ਆਫਕੋਰਸ ਟਰੋਫੀ ਇੱਕੋ ਲੈ ਕੇ ਜਾਏਗਾ, ਬਟ ਦੇ ਆਲ ਆਰ ਡਿਜ਼ਰਵਿੰਗ, ਸੋ ਵੀ ਆਰ ਸੁਪਰ ਐਕਸਾਈਟਡ। ਵਾਹ ਜੀ ਵਾਹ। ਦੇਖੋ ਜੀ, ਹਰ ਵਾਰ ਜਦੋਂ ਵੀ ਚੈਨਲ ਕੋਈ ਨਵੀਂ ਚੀਜ਼ ਲੈ ਕੇ ਆਉਂਦਾ ਤਾਂ ਮੋਢਿਆਂ 'ਤੇ ਰਿਸਪੋਂਸੀਬਿਲਟੀ ਵੱਧ ਜਾਂਦੀ ਹੈ, ਤਾਂ ਰਵਿੰਦਰ ਸਰ ਰਿਸਪੋਂਸੀਬਿਲਟੀ ਹੁਣ ਅੱਗੇ ਹੋਰ ਵੱਧਦੀ ਜਾ ਰਹੀ ਹੈ ਜੀ। ਰਿਸਪੋਂਸੀਬਿਲਟੀ ਤਾਂ ਸਾਡੀ ਹਮੇਸ਼ਾ ਹੀ ਰਹਿੰਦੀ ਹੈ, ਇੱਕ ਇਹੋ ਜਿਹਾ ਪਲੈਟਫਾਰਮ ਦੇਣ ਦੀ ਜਿਹਦੇ 'ਤੇ ਆ ਕੇ ਜਿਹੜੇ ਲੋਕ ਕੋਲਾ ਸਮਝਦੇ ਹੈ ਉਹਨਾਂ ਦੇ ਵਿੱਚੋਂ ਹੀਰੇ ਨਿਕਲਣ। ਇੱਕ ਵੀ ਬੱਚਾ ਇਹਨਾਂ 'ਚੋਂ ਜੇ ਕੋਈ ਸੁਪਰ ਸਟਾਰ ਬਣ ਗਿਆ, ਜਿਵੇਂ ਪ੍ਰਿੰਸ ਨਿਕਲਿਆ ਇੱਥੋਂ, ਹੋਰ ਨਿਕਲੇ ਨੇ, ਵੀ ਵਿਲ ਥਿੰਕ ਕਿ ਸਾਡਾ ਮਿਸ਼ਨ ਕਿਤੇ ਨਾ ਕਿਤੇ ਪਹੁੰਚਿਆ। ਆਲ ਦਾ ਬੈਸਟ ਟੂ ਐਵਰੀਵਨ ਟੂਡੇ, ਐਂਡ ਆਲ ਦਾ ਬੈਸਟ ਟੂ ਯੂ ਐਜ਼ ਵੈਲ। ਹੁਣ ਮੈਂ ਦੱਸਦਾ ਜੀ ਕਿ ਅੱਜ ਦੇ ਮੁਕਾਬਲੇ 'ਚ ਹੋਣਾ ਕੀ ਹੈ, ਕਿੰਨੇ ਰਾਊਂਡਸ ਹੋਣਗੇ। ਸਭ ਤੋਂ ਪਹਿਲੀ ਗੱਲ ਤਾਂ ਜੀ, ਸਾਰਿਆਂ ਨੂੰ ਆਪਣਾ ਬੈਸਟ ਦੇਣਾ ਪੈਣਾ, ਬੈਸਟ ਪਰਫੋਰਮ ਕਰਨਾ ਪੈਣਾ, ਕਿਉਂਕਿ ਥੋੜ੍ਹਾ ਜਾਂ ਥੋੜ੍ਹਾ ਜਿਹਾ ਹੋਰ ਅੱਜ ਇਹਦੇ ਨਾਲ ਗੱਲ ਨਹੀਂ ਬਣਨੀ ਹੈਗੀ, ਅੱਜ ਗੱਲ ਬਣਨੀ ਹੈ ਐਕਸਟਰਾ ਆਰਡੀਨਰੀ ਪਰਫੋਰਮੈਂਸ ਦੇ ਨਾਲ 4 ਰਾਊਂਡਸ ਦੇ ਵਿੱਚ। ਪਹਿਲਾ ਰਾਊਂਡ ਹੋਏਗਾ ਜੀ ਪੰਜਾਬੀ ਟ੍ਰੈਡੀਸ਼ਨਲ ਵੀਅਰ ਰਾਊਂਡ, ਸੈਕਿੰਡ ਰਾਊਂਡ ਹੋਏਗਾ ਫਿਜ਼ੀਕ ਐਂਡ ਫਿਟਨੈਸ ਰਾਊਂਡ, ਥਰਡ ਰਾਊਂਡ ਸੋਲੋ ਡਾਂਸ ਰਾਊਂਡ ਹੋਏਗਾ, ਅਤੇ ਉਸ ਤੋਂ ਬਾਅਦ ਫਿਰ ਹੋਏਗੀ ਐਲੀਮੀਨੇਸ਼ਨ 4 ਗੱਭਰੂਆਂ ਦੀ। ਉਸ ਤੋਂ ਬਾਅਦ 5 ਰਹਿ ਜਾਣਗੇ ਜਿਹੜੇ ਪਹੁੰਚਣਗੇ ਲਾਸਟ ਅਤੇ ਫਾਈਨਲ ਰਾਊਂਡ ਵਿੱਚ, ਜਿੱਥੇ ਇਹਨਾਂ ਦਾ IQ ਲੈਵਲ ਟੈਸਟ ਕੀਤਾ ਜਾਏਗਾ, ਅਤੇ ਪਤਾ ਲੱਗੇਗਾ ਕਿ ਸਵਾਲਾਂ ਦੇ ਜਵਾਬ ਕਿੱਦਾਂ ਦਿੰਦੇ ਨੇ ਫਿਰ ਇਹ ਗੱਭਰੂ। ਸ਼ੁਰੂਆਤ ਕਰੀਏ ਜੀ ਪਹਿਲੇ ਰਾਊਂਡ ਦੀ। ਆਡੀਅੰਸ, ਆਰ ਯੂ ਸੈਟ? ਆਹਾ, ਇੱਦਾਂ ਖਿੱਚ ਕੇ ਰੱਖਣਾ ਆਪਾਂ ਨੇ ਕੰਮ, ਸਿਟੀ ਗਰੁੱਪ ਆਫ ਇੰਸਟੀਟਿਊਸ਼ਨਸ, ਰੌਲਾ ਪੈਣਾ ਚਾਹੀਦਾ ਮਿਸਟਰ ਪੰਜਾਬ 2019 ਦੇ ਗ੍ਰੈਂਡ ਫਿਨਾਲੇ ਦਾ। ਲੈਟਸ ਕਾਲ ਅਪਨ ਆਲ ਦਾ 9 ਫਾਈਨਲਿਸਟ ਔਨ ਦਾ ਸਟੇਜ।
ਇੱਕ ਵਾਰ ਸਾਰੇ ਗੱਭਰੂਆਂ ਲਈ ਜ਼ੋਰਦਾਰ ਥਾੜੀਆਂ ਜੀ। ਨੌ ਫਾਈਨਲਿਸਟ ਆਫ ਮਿਸਟਰ ਪੰਜਾਬ 2019 ਤੇ ਫਸਟ ਰਾਊਂਡ ਦੇ ਵਿੱਚ ਇਹਨਾਂ ਦੇ ਵਾਰਡਰੋਬ ਪਾਰਟਨਰ ਨੇ ਮਾਹੀ ਡਿਜ਼ਾਈਨ ਸਟੂਡੀਓ ਬਾਏ ਮੁਕੇਸ਼ ਮਹਿਰਾ ਅੰਮ੍ਰਿਤਸਰ। ਅਤੇ ਇਹਦੇ ਨਾਲ ਨਾਲ ਮੈਂ ਤੁਹਾਨੂੰ ਇਹ ਦੱਸਦਾ ਕਿ ਗੱਭਰੂ ਇੱਥੇ ਤੱਕ ਪਹੁੰਚਣ ਦੇ ਲਈ ਸਾਰੇ ਮੁੰਡਿਆਂ ਨੇ ਬਹੁਤ ਮਿਹਨਤਾਂ ਕੀਤੀਆਂ ਨੇ ਜੀ, ਬਹੁਤ ਜ਼ੋਰ ਅਜ਼ਮਾਇਸ਼ ਕੀਤੀ ਹੈ। ਸੈਮੀਫਾਈਨਲਸ ਵਿੱਚ ਟਫ ਮੁਕਾਬਲੇ ਹੋਏ ਸੀ ਅਤੇ ਅੱਜ ਵੀ ਜਿਹੜਾ ਚੈਲੰਜ ਹੈ ਤੁਹਾਨੂੰ ਸਾਰਿਆਂ ਨੂੰ ਫੇਸ ਕਰਨਾ ਪੈਣਾ। ਪ੍ਰੈਸ਼ਰ ਜਮਾਂ ਨਹੀਂ ਫੀਲ ਕਰਨਾ, ਬਸ ਇੱਕੋ ਗੱਲ ਮੈਂ ਤੁਹਾਨੂੰ ਸਾਰਿਆਂ ਨੂੰ ਕਹੂੰਗਾ ਕਿ ਸਮਾਈਲ ਚਿਹਰੇ 'ਤੇ ਰੱਖਣੀ ਹੈ, ਸਮਾਈਲ ਕਰੋ ਅਤੇ ਸ਼ੁਰੂਆਤ ਕਰੋ ਜੀ। ਇੱਕ ਵਾਰ ਹੌਸਲਾ ਵਧਾ ਦਿਓ ਇਹਨਾਂ ਸਾਰੇ ਗੱਭਰੂਆਂ ਦਾ। ਆਪਾਂ ਪਹਿਲਾ ਰਾਊਂਡ ਪੰਜਾਬੀ ਟ੍ਰੈਡੀਸ਼ਨਲ ਵੀਅਰ ਰਾਊਂਡ ਸ਼ੁਰੂ ਕਰਦੇ ਹਾਂ ਜੀ। ਆਪਾਂ ਥੋੜ੍ਹੀ ਬਹੁਤ ਇੰਟਰੋਡਕਸ਼ਨ ਇਹਨਾਂ ਨਾਲ ਕਰਾਂਗੇ, ਕੌਨਫੀਡੈਂਸ ਵੀ ਖੁੱਲੂਗਾ ਇਹਨਾਂ ਦਾ ਹੌਲੀ ਹੌਲੀ। ਸੋ ਫਸਟ ਕੰਟੈਸਟੈਂਟ ਨਾਲ ਮੈਂ ਗੱਲਬਾਤ ਕਰਨੀ ਚਾਹੂੰਗਾ, ਨਾਮ ਹੈ ਰਣਦੀਪ ਸਿੰਘ ਹੁਸ਼ਿਆਰਪੁਰ ਤੋਂ ਅਤੇ ਕੋਡ ਹੈ ਜੀ ਇਹਨਾਂ ਦਾ MP01। ਸਤਿ ਸ਼੍ਰੀ ਅਕਾਲ ਰਣਦੀਪ, ਕੀ ਹਾਲ ਨੇ? ਸਤਿ ਸ਼੍ਰੀ ਅਕਾਲ ਭਾਅ ਜੀ,
ਪਹਿਲਾਂ ਤਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅਤੇ ਮੇਰੇ ਸਾਰੇ ਬੈਠੇ ਦਰਸ਼ਕਾਂ ਨੂੰ ਜੱਜੇ ਸਾਹਿਬਾਨ ਨੂੰ ਅਤੇ ਟੀ ਵੀ 'ਤੇ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਹਿੰਦੇ ਨੇ ਵੀ ਬਾਪੂ ਦਾ ਦਿੱਤਾ ਹੋਇਆ ਹੌਂਸਲਾ ਬੰਦੇ ਦੀ ਜ਼ਿੰਦਗੀ ਨੂੰ ਤਰੱਕੀ ਦੇ ਰਾਹ 'ਤੇ ਲੈ ਕੇ ਜਾਂਦੀਆਂ ਨੇ ਪਰ ਮਾਂ ਦੀਆਂ ਅਸੀਸਾਂ ਉਸੇ ਜ਼ਿੰਦਗੀ ਨੂੰ ਖੂਬਸੂਰਤ ਬਣਾ ਦਿੰਦੀਆਂ ਨੇ ਮੈਂ ਰਣਦੀਪ ਸਿੰਘ ਸ਼ਹਿਰ ਹੁਸ਼ਿਆਰਪੁਰ ਤੋਂ ਐਕਟਿੰਗ ਮੋਡਲਿੰਗ ਦਾ ਸ਼ੌਂਕ ਰੱਖਦਾ ਹਾਂ ਨਾਲ ਨਾਲ ਭੰਗੜਾ ਵੀ ਪਾਉਂਦਾ ਹਾਂ ਪਰ ਮੈਂ ਕਦੇ ਵੀ ਹਾਰ ਨਹੀਂ ਮੰਨੀ ਕਿਉਂਕਿ ਮੇਰੇ ਜ਼ਿਹਨ ਦੇ ਵਿੱਚ ਹਮੇਸ਼ਾ ਇੱਕ ਗੱਲ ਹੁੰਦੀ ਹੈ ਕਿ ਮੇਰੀ ਜਦੋਂ ਵੀ ਕਹਾਣੀ ਲਿਖੀ ਜਾਵੇ ਜ਼ਿੰਦਗੀ ਦੀ ਉਹਦੇ ਵਿੱਚ ਕਦੀ ਇਹ ਨਾ ਲਿਖਿਆ ਹੋਵੇ ਕਿ ਮੈਂ ਹਾਰ ਮੰਨ ਲਈ ਮੇਰੇ ਨਾਮ ਦਾ ਮੀਨਿੰਗ ਹੀ ਹੀਰੋ ਆਫ ਦਾ ਬੈਟਲ ਹੈ ਅਤੇ ਮੈਂ ਆਪਣੇ ਨਾਮ ਨੂੰ ਅਤੇ ਨਾਮ ਦੇ ਮੀਨਿੰਗ ਨੂੰ ਕਦੇ ਥੱਲੇ ਨਹੀਂ ਸੁੱਟੂੰਗਾ ਕਦੇ ਝੁਕਣ ਨਹੀਂ ਦਊਂਗਾ ਧੰਨਵਾਦ ਸਰ ਸੋ ਵਿਸ਼ ਯੂ ਆਲ ਦ ਲੱਕ ਟੌਰ ਤੇਰੀ ਨਜ਼ਰ ਹਮੇਸ਼ਾ ਹੀ ਆਉਂਦੀ ਹੈ ਅਤੇ ਇੱਕੋ ਗੱਲ ਹੈ ਕਿ ਮੁੱਛ ਮੁੰਡੇ ਦੀ ਖੜੀ ਆ ਵੀ ਹੁਸ਼ਿਆਰਪੁਰ ਵਾਲਿਓ ਸੋ ਗੁੱਡ ਲੱਕ ਬ੍ਰਦਰ ਅਤੇ ਇਹਦੇ ਨਾਲ ਹੀ ਹੁਣ ਜਿਹੜਾ ਸੈਕਿੰਡ ਗੱਭਰੂ ਹੈ ਜੀ ਉਹਦਾ ਕੋਡ ਹੈ MP02 ਆਨੰਦਪੁਰ ਸਾਹਿਬ ਸ਼੍ਰੀ ਆਨੰਦਪੁਰ ਸਾਹਿਬ ਵਾਲੇ ਮਰ ਜਾਏ ਤਾੜੀਆਂ ਖੁੱਲ੍ਹ ਕੇ ਆਕਾਸ਼ ਸ਼ਰਮਾ ਸਾਰਿਆਂ ਨੂੰ ਇੱਥੇ ਪੁੱਜਣ 'ਤੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਬਹੁਤ ਜ਼ਿਆਦਾ ਮੈਨੂੰ ਸਪੋਰਟ ਕਰਨ ਦੇ ਲਈ ਇੱਥੇ ਆਉਣ ਦੇ ਲਈ ਜੱਜਿਸ ਨੂੰ ਵੀ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਆਕਾਸ਼ ਸ਼ਰਮਾ ਸ਼੍ਰੀ ਆਨੰਦਪੁਰ ਸਾਹਿਬ ਦਾ ਰਹਿਣ ਵਾਲਾ ਮੇਰੀ ਮੰਜ਼ਿਲਾਂ ਦੇ ਰਾਹ ਬੜੇ ਟੇਢੇ ਅਤੇ ਔਖੇ ਨੇ ਮੇਰੀ ਮੰਜ਼ਿਲਾਂ ਦੇ ਰਾਹ ਬੜੇ ਟੇਢੇ ਅਤੇ ਔਖੇ ਨੇ ਨਾਮ ਲਿਖਣੇ ਤਾਂ ਸੌਖੇ ਹੈ ਪਰ ਬਣਾਉਣੇ ਬਹੁਤ ਔਖੇ ਨੇ ਅਤੇ ਮੈਂ ਇੱਥੇ ਆਉਣ ਲਈ ਪਿਛਲੇ 3 ਸਾਲਾਂ ਤੋਂ ਆ ਰਿਹਾ ਅਤੇ ਕੜੀ ਮਿਹਨਤ ਵੀ ਕੀਤੀ ਹੈ ਅਤੇ ਮੈਨੂੰ ਉਮੀਦ ਹੈ ਕਿ ਇਸ ਵਾਰ ਮੈਂ ਜਿੱਤ ਕੇ ਹੀ ਜਾਵਾਂਗਾ ਬਾਕੀ ਤੁਹਾਡਾ ਪਿਆਰ ਅਤੇ ਤੁਹਾਡੀ ਸਪੋਰਟ ਅਤੇ ਤੁਹਾਡੀ ਬਲੈਸਿੰਗ ਦੀ ਬਹੁਤ ਜ਼ਰੂਰਤ ਹੈ ਅਤੇ ਮੈਨੂੰ ਜ਼ਰੂਰ ਸਪੋਰਟ ਕਰਿਓ ਥੈਂਕ ਯੂ ਸਰ ਥੈਂਕ ਯੂ ਆਕਾਸ਼ ਅਗਲੇ ਰਾਊਂਡ ਦੀ ਹੁਣ ਤਿਆਰੀ ਕਰ ਲਓ ਜੀ ਰਣਦੀਪ ਤੁਸੀਂ ਅਤੇ ਆਕਾਸ਼ ਦੋਨੇ ਜਣੇ ਜਾ ਕੇ ਅਗਲੇ ਰਾਊਂਡ ਦੀ ਤਿਆਰੀ ਕਰ ਸਕਦੇ ਹੋ ਇੱਕ ਵਾਰ ਤਾੜੀਆਂ ਤੁਸੀਂ ਸਪੋਰਟ ਰੱਖਣੀਆਂ ਆਪੋ ਆਪਣੇ ਸ਼ਹਿਰ ਵਾਲੇ ਨੇ ਉੱਧਰ ਦੀਆਂ ਤਾੜੀਆਂ ਜ਼ਿਆਦਾ ਨਜ਼ਰ ਆਉਣੀਆਂ ਚਾਹੀਦੀਆਂ ਅਤੇ ਹੁਣ ਤਾੜੀਆਂ ਸੰਗਰੂਰ ਵੱਲੋਂ ਆਉਣੀਆਂ ਚਾਹੀਦੀਆਂ ਕਿਉਂਕਿ ਆ ਰਹੇ ਆ ਜੀ ਕੋਡ ਜਿਨ੍ਹਾਂ ਦਾ ਹੈਗਾ MP03 ਮਲਕ ਸਿੰਘ ਮਲਕ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਸਤਿ ਸ਼੍ਰੀ ਅਕਾਲ ਭਾਜੀ ਜੀ ਹਾਂਜੀ ਹਾਂਜੀ ਬਿਲਕੁਲ ਬਹੁਤ ਸੋਹਣੇ ਲੱਗ ਰਹੇ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਜੀ ਮਲਕ ਸਿੰਘ ਪਿੰਡ ਰੱਤਾਖੇੜਾ ਜ਼ਿਲ੍ਹਾ ਸੰਗਰੂਰ ਤੋਂ ਮੈਂ ਬਿਲੋਂਗ ਕਰਦਾ ਮੈਂ ਚੰਡੀਗੜ੍ਹ ਰਹਿ ਰਿਹਾ ਜੀ ਮੇਰਾ ਆਪਣਾ ਜਿਮ ਹੈ ਖੁਦ ਦਾ ਅਤੇ ਨਾਲ ਨਾਲ ਮੈਂ ਔਰਫਨ ਪਲੇਸ ਮੈਂ ਮੈਮ ਨੂੰ ਪਹਿਲਾਂ ਵੀ ਦੱਸ ਚੁੱਕਿਆ ਕਿ ਮੈਂ ਉਹ ਚਲਾਉਣਾ ਨਾਲ ਮੇਰੇ ਇੱਕ ਬ੍ਰਦਰ ਹੈ ਇੱਕ ਮੇਰੇ ਬੜੇ ਮੋਮ ਨੇ ਇੱਕ ਇੱਥੇ ਮੁੰਡਾ ਬੈਠਾ ਹੋਊਗਾ ਨੂਰ ਹੱਥ ਖੜਾ ਕਰ ਦਿਉ ਤੁਹਾਨੂੰ ਬਹੁਤ ਸੋਹਣਾ ਮੁੰਡਾ ਹੈਗਾ ਇਹ ਮੇਰਾ ਬਹੁਤ ਹੈਲਪ ਕਰਦਾ ਔਰਫਨ ਪਲੇਸ ਦੇ ਵਿੱਚ ਅਸੀਂ ਜਾ ਕੇ ਸਾਨੂੰ 3 ਸਾਲ ਹੋ ਗਏ ਹੈ ਅਸੀਂ ਉੱਥੇ ਹੈਲਪ ਕਰਦੇ ਜਿੰਨੀ ਵੀ ਸਾਡੇ ਤੋਂ ਹੋ ਸਕਦੀ ਹੈ ਮੇਰਾ ਖੁਦ ਦਾ ਜਿੰਮ ਹੈ ਨਾਲ ਮੈਂ ਕਰੋਸਫਿੱਟ ਕਰਦਾ ਅਤੇ ਜਾ ਕੇ ਮੈਂ ਭੰਗੜਾ ਟੀਚ ਕਰਦਾ ਜੀ ਔਰਫਨ ਪਲੇਸ ਦੇ ਵਿੱਚ ਅਤੇ ਥੈਂਕ ਯੂ ਜੀ ਧੰਨਵਾਦ ਜੀ ਮੈਂ ਨਹੀਂ ਕਹਿਣਾ ਚਾਹਾਂਗਾ ਅਤੇ ਜਿਹੜੇ ਮੈਨੂੰ ਸਪੋਰਟ ਕਰਦੇ ਨੇ ਉਹਨਾਂ ਲਈ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਧੰਨਵਾਦ ਜੀ ਥੈਂਕ ਯੂ ਸਾਹਿਬ ਸੋ ਮੱਚ ਆਲ ਦਾ ਵੈਰੀ ਬੈਸਟ ਮਲਕ ਸੋ ਮੁੰਡੇ ਇੱਕ ਤੋਂ ਇੱਕ ਨੇ ਜੀ ਸਾਡੇ ਇੱਥੇ ਅਤੇ ਅਗਲਾ ਜਿਹੜਾ ਗੱਭਰੂ ਆ ਰਿਹਾ ਉਹ ਆ ਰਿਹਾ ਜੀ ਬਠਿੰਡੇ ਵਾਲੇ ਆਏ ਹਾਂ ਓ ਪਹੁੰਚੇ ਹੋਏ ਨੇ ਕਿਆ ਬਾਤ ਹੈ ਜੀ ਸੋ ਬਠਿੰਡੇ ਦਾ ਗੱਭਰੂ ਹੈ ਕੋਡ ਹੈ ਜੀ ਇਹਨਾਂ ਦਾ MP04 ਸ਼ੋਭਿਤ ਪਲੀਜ਼ ਵੈਲਕਮ ਹਿਮ ਸ਼ੋਭਿਤ ਸਤਿ ਸ਼੍ਰੀ ਅਕਾਲ ਤੌਰਾਂ ਸਾਰਿਆਂ ਦੇ ਨਾਲ ਅੱਜ ਸ਼ੋਭਿਤ ਵੀ ਸਾਡਾ ਖਿੜਿਆ ਬੜਾ ਸ਼ਰਮੀਲਾ ਜਿਹਾ ਮੁੰਡਾ ਸੀ ਉੱਦਾਂ ਪਰ ਜਦੋਂ ਵੀ ਆਹਾ ਜਦੋਂ ਵੀ ਕੋਈ ਟਾਸਕ ਹੁੰਦਾ ਸੀ ਉਦੋਂ ਆਪਣੀ ਸ਼ਰਮ ਇਹ ਸਾਈਡ 'ਤੇ ਰੱਖ ਦਿੰਦਾ ਸੀ ਅਤੇ ਉਹ ਤੋਂ ਬਾਅਦ ਫਿਰ ਇਹਦਾ ਜੋਸ਼ ਦੇਖਣ ਨੂੰ ਮਿਲਦਾ ਸੀ ਸ਼ੋਭਿਤ ਤਿਆਰੀ ਹੈ ਫਿਰ ਅੱਜ ਦੇ ਮੁਕਾਬਲੇ ਦੀ ਔਖੀ ਗੱਲ ਨਾ ਕੋਈ ਜਹਾਨ ਉੱਤੇ ਪਰ ਕਰਨਾ ਸਦਾ ਆਰੰਭ ਔਖਾ ਹੋਵੇ ਹੌਂਸਲਾ ਚੱਕ ਪਹਾੜ ਦੀਏ ਬਿਨ ਹੌਂਸਲੇ ਚੱਕਣਾ ਖੰਭ ਔਖਾ ਸਾਰੇ ਹੀ ਜੱਜਿਸ ਨੂੰ ਮੇਰੇ ਸਾਰੇ ਹੀ ਮਾਣਯੋਗ ਸਰੋਤਿਆਂ ਨੂੰ ਅਤੇ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਸਾਰੇ ਹੀ ਪੰਜਾਬੀਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ ਇਹ ਮਾਈਕ ਫੜਨਾ ਚਾਹੁੰਦਾ ਸੀ ਮੈਂ ਦਿੱਤਾ ਨਹੀਂ ਹੈਗਾ ਇਹ ਪਤਾ ਕੀ ਚੱਕਰ ਸੀਗਾ ਜੀ ਜਦੋਂ ਆਪਾਂ ਸੈਮੀਫਾਈਨਲ ਕਰ ਰਹੇ 2-4 ਜਣੇ ਨਿਕਲ ਕੇ ਆਏ ਕਹਿੰਦੇ ਮੈਂ ਬਈ ਐਂਕਰ ਬਣਨਾ ਮੈਂ ਕਿਹਾ ਵੀਰੇ ਜਦ ਤੱਕ ਮੈਂ ਸਟੇਜ 'ਤੇ ਆਪਣਾ ਮਾਈਕ ਤਾਂ ਨਹੀਂ ਜਾਣ ਦਿੰਦਾ ਹੈਗਾ ਤਾਂ 2 ਜਣੇ ਨਾਲ ਗਲਤੀ ਹੋ ਗਈ ਸੀ ਮੈਂ ਸ਼ੋਭਿਤ ਨਾਲ ਨਹੀਂ ਆਪਾਂ ਕਰਨੀ ਹੈਗੀ ਸੋ ਆਲ ਦਾ ਵੈਰੀ ਬੈਸਟ ਸ਼ੋਭਿਤ ਅਗਲੇ ਰਾਊਂਡ ਦੀ ਤਿਆਰੀ ਖਿੱਚੋ ਹੈਂਜੀ ਥੋੜ੍ਹਾ ਜੀ ਬੋਲਣਾ ਹੋਰ ਆ ਜਾਓ ਜੀ ਨਾਮ ਆ ਮੇਰਾ ਸ਼ੋਭਿਤ ਸ਼ਹਿਰ ਆ ਬਠਿੰਡਾ ਹੱਥ ਆਈ ਬਾਜ਼ੀ ਗੱਭਰੂ ਜਾਣ ਨਹੀਂ ਉਹ ਦਿੰਦਾ
ਗੁੱਡ ਲੱਕ ਬ੍ਰਦਰ। ਤੇ ਇਹਦੇ ਨਾਲ ਹੀ ਜੀ ਲੁਧਿਆਣੇ ਵਾਲਿਓ ਖਿੱਚ ਦਿਓ ਮਾੜਾ ਜਿਹਾ ਕੰਮ ਤਾੜੀਆਂ ਵਾਲਾ। ਆ ਰਿਹਾ ਸ਼ਹਿਬਾਜ ਸਿੰਘ ਕੋਡ ਹੈ ਜਿਹਦਾ MP05। ਸਤਿ ਸ਼੍ਰੀ ਅਕਾਲ ਸ਼ਹਿਬਾਜ਼। ਸਤਿ ਸ਼੍ਰੀ ਅਕਾਲ ਜੀ, ਠੀਕ ਠਾਕ ਹੋ? ਹਾਂਜੀ ਹਾਂਜੀ ਪੂਰਾ ਜੀ। ਤਿਆਰੀਆਂ ਕਿੰਨੀਆਂ ਕੁ ਅੱਜ, ਡਰ ਤਾਂ ਨਹੀਂ ਲੱਗ ਰਿਹਾ? ਹਾਂਜੀ ਤਿਆਰੀਆਂ ਬਾਰੇ ਵੀ ਦੱਸ ਦਿੰਦੇ ਹਾਂ। ਮੈਂ ਕਹਿਣਾ ਚਾਹਾਂਗਾ ਉਹ ਇਸ਼ਕ ਇਸ਼ਕ ਨਾ ਕਰ ਬੰਦਿਆ, ਇਸ ਇਸ਼ਕ ਉਹ ਇਸ਼ਕ ਇਸ਼ਕ ਨਾ ਕਰ ਬੰਦਿਆ, ਇਸ ਇਸ਼ਕ ਨੇ ਤੈਨੂੰ ਮਾਰ ਜਾਣਾ। ਉਹ ਤੂੰ ਕਰਨਾ ਇਸ਼ਕ ਉਸ ਖੁਦਾ ਨੂੰ ਕਰ ਜਿਹਨੇ ਦੁਨੀਆ 'ਚ ਨਾਮ ਤੇਰਾ ਬਣਾ ਜਾਣਾ, ਜਿਹਨੇ ਦੁਨੀਆ 'ਚ ਨਾਮ ਤੇਰਾ ਬਣਾ ਜਾਣਾ। ਸਾਰੇ ਹੀ ਜੱਜਿਸ ਨੂੰ, ਪਿੱਛੇ ਬੈਠੇ ਦਰਸ਼ਕਾਂ ਨੂੰ ਅਤੇ TV 'ਤੇ ਦੇਖ ਰਹੇ ਲਾਈਵ ਦਰਸ਼ਕਾਂ ਨੂੰ, ਮੇਰੇ ਵੱਲੋਂ ਯਾਨੀ ਕਿ ਸ਼ਹਿਬਾਜ਼ ਸਿੰਘ ਵੱਲੋਂ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਵੈਲ ਐਂਡ ਦਾ ਕੋਨਫੀਡੈਂਸ ਇਹਨਾਂ ਦੀ ਸਤਿ ਸ਼੍ਰੀ ਅਕਾਲ ਬੁਲਾਉਣ ਦੇ ਢੰਗ ਵਿੱਚ ਹੀ ਪਤਾ ਲੱਗ ਜਾਂਦਾ। ਗੁੱਡ ਲੱਕ ਸ਼ਹਿਬਾਜ਼, ਨੈਕਸਟ ਰਾਊਂਡ 'ਚ ਮਿਲਦੇ ਹਾਂ ਜੀ, ਗੁੱਡ ਲੱਕ ਟੂ ਯੂ। ਅਤੇ ਇਹਦੇ ਨਾਲ ਮੇਰਾ ਕੀ ਕਸੂਰ, ਮੇਰਾ ਜ਼ਿਲ੍ਹਾ ਸੰਗਰੂਰ। ਸੰਗਰੂਰ ਵਾਲੇ ਪਹੁੰਚੇ ਹਾਂ ਕਿ ਨਹੀਂ ਅਜੇ? ਆਲ ਰਾਈਟ, ਸੰਗਰੂਰ ਤੋਂ ਆ ਰਿਹਾ ਜੀ MP06 ਜਿਹਦਾ ਕੋਡ ਹੈ ਨਾਏ ਗੁਰਪ੍ਰੀਤ ਸਿੰਘ। ਜੇ ਸੰਗਰੂਰ ਤੋਂ ਕੋਈ ਨਹੀਂ ਆਇਆ ਤਾਂ ਲਾਗ ਨੇੜੇ ਵਾਲੇ ਦਾ ਤਾੜੀਆਂ ਮਾਰ ਸਕਦੇ ਹਾਂ ਆਪਾਂ। ਆਹੋ ਗੁਰਪ੍ਰੀਤ, ਕਿੱਦਾਂ ਵੀ ਠੀਕ ਠਾਕ ਹੋ? ਹਾਂਜੀ ਹਾਂ ਪੂਰੇ ਵਧੀਆ ਜੀ, ਪੂਰੇ ਵਧੀਆ। ਸਾਰਿਆਂ ਨੂੰ ਪਹਿਲਾਂ ਮੈਂ ਕਹਿਣਾ ਚਾਹੁੰਦਾ ਵੀ ਮੈਨੂੰ, ਮੇਰੇ ਜੱਜਿਸ ਅਤੇ ਮੈਨੂੰ ਦੇਖਣ ਵਾਲੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅਤੇ ਮੇਰਾ ਜ਼ਿਲ੍ਹਾ ਸੰਗਰੂਰ ਮੇਰੇ ਵਿੱਚ ਆਟੋਮੈਟਿਕਲੀ ਰੂਲ ਆ। ਅਤੇ ਮੈਂ ਇੱਕ ਚੀਜ਼ ਹੋਰ ਕਹਿਣਾ ਚਾਹੁੰਦਾ ਕਿ ਜੋ ਮੇਰਾ ਇਹ ਸਫ਼ਰਨਾਮਾ ਸੀਗਾ, ਸੋਰੀ ਸਰ ਇਹਦੇ ਕਰਕੇ, ਜੋ ਮੇਰਾ ਇਹ ਸਫ਼ਰਨਾਮਾ ਸੀ ਹੈ ਨਾ, ਇਹਦੇ ਵਿੱਚ ਮੈਂ ਮੇਰੇ ਜੱਜਿਸ ਤੋਂ ਬਹੁਤ ਕੁਛ ਸਿੱਖਿਆ। ਜਿਵੇਂ ਮੇਰੇ ਕੁਲਜਿੰਦਰ ਸਿੱਧੂ ਸਰ ਹੈ ਨਾ, ਇਹਨਾਂ ਤੋਂ ਮੈਂ ਸਾਹਿਤ ਸਿੱਖਿਆ। ਇਹਨਾਂ ਨੇ ਉਹ ਡਾਰਵਿਨ ਤੱਕ ਲੈ ਕੇ ਗਏ ਗੱਲ, ਜਿਨ੍ਹਾਂ ਨੇ ਜੀਵ ਦੀ ਉਤਪਤੀ ਅਤੇ ਮਨੁੱਖ ਦੀ ਉਤਪਤੀ ਬਾਰੇ ਬੋਲਿਆ। ਅਤੇ ਸੋਢੀ ਸਰ, ਇਹਨਾਂ ਤੋਂ ਮੈਂ ਲਹਿਜਾ ਸਿੱਖਿਆ ਵੀ ਬੋਲਿਆ ਕਿਵੇਂ ਜਾਂਦਾ। ਅਤੇ ਇਹਾਨਾ ਮੈਮ ਤੋਂ ਮੈਂ ਉਸਤਤ ਕਰਨੀ ਸਿੱਖੀ ਵੀ ਉਸਤਤ ਕਿਵੇਂ ਕਰੀਦੀ ਹੈ। ਅਤੇ ਮੈਮ ਤੁਹਾਡੇ ਤੋਂ ਮੈਂ ਇਸ ਕਰਕੇ ਪ੍ਰਭਾਵਿਤ ਹਾਂ ਕਿਉਂਕਿ ਤੁਹਾਡੀ ਜਿਹੜੀ ਫਿਲਮ ਸੀ ਸ਼ਹੀਦੇ ਮੁਹੱਬਤ ਬੂਟਾ ਸਿੰਘ, ਉਹਦੇ ਵਿੱਚ ਤੁਸੀਂ ਦਰਸਾਇਆ ਕਿ ਪਾਕਿਸਤਾਨ ਅਤੇ ਪੰਜਾਬ ਦਾ ਕੀ ਪਿਆਰ ਹੈ। ਅਤੇ ਮੈਂ ਇਹ ਸਾਰੀਆਂ ਗੱਲਾਂ ਨੂੰ ਕਵਰ ਅਪ ਕਰਦੇ ਹੋਏ ਮੈਂ ਸਾਰੇ ਜੱਜਿਸ ਅਤੇ ਸਰੋਤਿਆਂ ਦੀ ਇੱਕ ਉਸਤਤ ਕਰਨੀ ਚਾਹੁੰਦਾ ਇੱਕ ਵੱਖਰੇ ਜਿਹੇ ਢੰਗ ਨਾਲ। ਕਹਿੰਦਾ ਇਹ ਰੰਗਾਂ ਦੀ ਉਸਤਤ, ਆਕਾਰਾਂ ਦੀ ਉਸਤਤ, ਖਿਆਲਾਂ 'ਚ ਵਿਸਰੇ ਮਿਨਾਰਾਂ ਦੀ ਉਸਤਤ, ਇਹ ਫੁੱਲਾਂ ਦੀ ਉਸਤਤ, ਫਕੀਰਾਂ ਦੀ ਉਸਤਤ, ਲਹੂਆਂ ਦੀ ਰੌਣਕ 'ਚ ਸਰੀਰਾਂ ਦੀ ਉਸਤਤ, ਇਹ ਰੇਤੇ ਦੇ ਆਸ਼ਕ ਨਿਗਾਹਾਂ ਦੇ ਸੱਚੇ ਉਹ ਨਲਗੋਏ ਜਿਹੇ ਸ਼ਾਹ ਸਵਾਰਾਂ ਦੀ ਉਸਤਤ, ਇਹ ਰੁੱਖਾਂ ਮਨੁੱਖਾਂ ਅਤੇ ਕੁੱਖਾਂ ਦੀ ਉਸਤਤ, ਇਹ ਖੇੜੇ ਦੀ ਬੈਠਕ 'ਚ ਦੁੱਖਾਂ ਦੀ ਉਸਤਤ। ਸਿੱਧੂ ਸਰ ਧਿਆਨ ਨਾਲ ਸੁਣਨਾ, ਇਹ ਅੱਖਰ ਦੀ ਉਸਤਤ, ਇਹ ਅੱਖਰ ਦੀ ਉਸਤਤ, ਨਗਾਰੇ ਦੀ ਉਸਤਤ, ਸ਼ਹਾਦਤ ਅਰਾਧਨ ਅਤੇ ਆਰੇ ਦੀ ਉਸਤਤ, ਸਾਡਾ ਇਤਿਹਾਸ ਆਰਿਆਂ ਨਾਲ ਜਾਣਿਆ ਜਾਂਦਾ, ਇਹ ਨਾਨਕ ਦੀ ਬਾਦੀ 'ਚ ਗੀਤਾਂ ਦਾ ਪਾਣੀ ਅਤੇ ਗੀਤਾਂ 'ਚ ਪੰਜਾਂ ਕਟਾਰਾਂ ਦੀ ਉਸਤਤ। ਜੇ ਕੋਈ ਗਲਤੀ ਹੋਵੇ ਤਾਂ ਮਾਫ਼ ਕਰਨਾ, ਬਸ ਇੰਨਾ ਕਹਿੰਦੇ ਮੈਂ ਤੁਹਾਡੇ ਤੋਂ ਇਜਾਜ਼ਤ ਲੈਂਦਾ ਜੀ, ਧੰਨਵਾਦ। ਗਲਤੀ ਤਾਂ ਮੇਰਾ ਮਾਈਕ ਫੜ ਲਿਆ ਜੀ, ਤੂੰ ਬਾਕੀ ਗੱਲਾਂ ਠੀਕ ਸੀਗੀਆਂ ਉੱਦਾਂ, ਬਟ ਐਨੀ ਹਾਂ। ਜ਼ੋਰਦਾਰ ਤਾੜੀਆਂ ਜੀ, ਹੌਸਲਾ ਇਸੇ ਤਰ੍ਹਾਂ ਤੁਸੀਂ ਮੁੰਡਿਆਂ ਦਾ ਵਧਾਉਂਦੇ ਰਹੋ, ਕਿਉਂਕਿ ਬਹੁਤ ਮਿਹਨਤਾਂ ਕਰਕੇ, ਬਹੁਤ ਐਕਸਟ੍ਰੀਮ ਕੰਡੀਸ਼ਨਸ ਦੇ ਵਿੱਚ ਜਿਹੜੇ ਸੈਮੀਫਾਈਨਲਸ ਖਾਸ ਤੌਰ 'ਤੇ ਮੁਕਾਬਲੇ ਹੋਏ ਸੀ, ਉਹਨਾਂ ਨੂੰ ਪਾਰ ਕਰਕੇ ਇੱਥੇ ਤੱਕ ਜੱਦੋ ਜਹਿਦ ਨਾਲ ਇਹ ਮੁੰਡੇ ਇੱਥੇ ਪਹੁੰਚੇ ਨੇ। ਅਗਲਾ ਗੱਭਰੂ ਆ ਰਿਹਾ ਜੀ ਗੁਰਦਾਸਪੁਰ ਦਾ, MP07 ਸੁਖਮਨਪਾਲ ਸਿੰਘ। ਕੀ ਹਾਲ ਹੈ ਸੁਖਮਨ? ਮਾਈਕ ਮੈਂ ਆਪਣੇ ਹੱਥ 'ਚ ਰੱਖਾਂ ਕਿ ਫੜਾਵਾਂ? ਫੜਾਓ ਸਰ। ਸਾਰਿਆਂ ਨੂੰ ਪਹਿਲਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰ ਮਿਸਟਰ ਪੰਜਾਬ 'ਚ ਆਉਣ ਦਾ ਇਹ ਮੇਰੀ ਮਾਤਾ ਜੀ ਦਾ ਸੁਪਨਾ ਸੀ ਕਿ ਮੈਂ ਮਿਸਟਰ ਪੰਜਾਬ ਵਿੱਚ ਆਵਾਂ। ਜਦੋਂ PTC ਪੰਜਾਬੀ ਤੋਂ ਗੁਰਬਾਣੀ ਖਤਮ ਹੁੰਦੀ ਹੈ ਅਤੇ ਮਿਸਟਰ ਪੰਜਾਬ ਸ਼ੁਰੂ ਹੁੰਦਾ ਹੈ, ਜਦੋਂ ਦਾ ਮਿਸਟਰ ਪੰਜਾਬ ਸ਼ੁਰੂ ਹੋਇਆ ਅਤੇ ਮੇਰੀ ਮਾਤਾ ਜੀ ਉਦੋਂ ਦੇ ਦੇਖਦੇ ਉਹਨੂੰ, ਅਤੇ ਮੇਰੀ ਮਾਂ ਦਾ ਸੁਪਨਾ ਹੈ ਅਤੇ ਮੈਂ ਜ਼ਰੂਰ ਪੂਰਾ ਕਰਕੇ ਜਾਊਂਗਾ ਇਹਨੂੰ। ਧੰਨਵਾਦ ਜੀ। ਥੈਂਕ ਯੂ ਬ੍ਰਦਰ, ਆਲ ਦਾ ਬੈਸਟ। ਆਲ ਰਾਈਟ, ਨੈਕਸਟ ਆ ਰਿਹਾ ਜੀ ਮੁੰਡਾ ਸੁਨਾਮ ਦਾ, ਕੋਡ ਹੈ MP08। ਆਹ ਐਨਰਜੀ ਨਜ਼ਰ ਆ ਰਹੀ, ਪਲੀਜ਼ ਵੈਲਕਮ ਗਗਨ ਵਰਮਾ। ਅੱਜ ਕੋਈ ਪਾਰਟੀ ਪੂਟੀ ਪਹਿਲਾਂ ਹੀ ਕਰਕੇ ਆਏ ਲੱਗਦੇ ਆ ਸਾਰੇ ਜਣੇ, ਤਾਂ ਹੀ ਇੰਨਾ ਜੋਸ਼ ਹੈ। ਵਾਹ ਜੀ ਵਾਹ, ਵਾਹ ਜੀ ਵਾਹ, ਵਾਹ ਜੀ ਵਾਹ। ਗਗਨ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰੇ, ਸਤਿ ਸ਼੍ਰੀ ਅਕਾਲ। ਕਹਿੰਦੇ ਰੱਬ ਨੇ ਬਹੁਤ ਥੋੜ੍ਹੇ ਲੋਕ ਕਹਿੰਦੇ ਸੋਹਣੇ ਦਿਲ ਵਾਲੇ ਅਤੇ ਸੋਹਣੀ ਸੀਰਤ ਵਾਲੇ ਬਣਾਏ ਨੇ, ਅਤੇ ਜਿੰਨੇ ਵੀ ਬਣਾਏ ਨੇ ਉਹ ਸਾਡੇ ਚਾਰ ਜੱਜਿਸ ਅਤੇ ਤੁਸੀਂ ਸਾਰੇ
ते पीडीसी देख रहे दर्शक अज साडी महफल मिस्टर पंजाब विच आए ने। ना मैं हिंदू ना मुसलमान, ना मैं सिख ना ईसाई, और मैं रूप हाँ उस इंसानियत दा जिसने मेरे अंदर अणख काबलियत हौसले दी काबलियत चलगाई। तो सर बहुत ही रिस्पैक्ट नाल थोड़ा सब का वेलकम है, थोड़े सब का वेलकम है। अज तुसी चार चन्न लाते साड़ी महफल नू, लव यू है थोड़े सारे नाल, रब थोनू दिन रात तरक्की देवे। थैंक यू सर। थैंक यू गगन, विश यू ऑल द लक। सो आखिरी फाइनलिस्ट, नौवा फाइनलिस्ट आ रहा जी अमृतसर शहर का MP09 हिमांश सेठ। हिमांश सत श्री अकाल। लिया सर भाई, सब तो पहले नुमाने की फतेह कबूल करो। श्री वाहेगुरु जी का खालसा, श्री वाहेगुरु जी की फतेह। पहला तो मैं गल कहना चाहना पीटीसी का, पीटीसी के जजेस का, पीटीसी पूरी टीम का बहुत बहुत धन्यवाद जिन्होंने मैंने तीजे साल मौका दिता है। मेरा तीजा साल है, मैं 2018 तो भी बाहर हो गया सी, पर मैं कभी हौसला नहीं छड़िया। अपनी माता करके, अपने परिवार करके, अपने यारां करके हौसला बनाए रखिया। अज 3 सालों तो बाद स्टेज पर मैं खड़ा मेहनत करके, कभी मैं हौसला जो हौसले की गल करिए, रख हौसला कर फतेह दुनिया कि सुख दुख से ताणा बाणा है जो डिगदे ने और ढह जाते चल समय दे नाल कि अजे तो इतिहास बनाउणा है। ते इतिहास जरूर बनावांगे जी, अपने मापिया करके, जजेस करके, पूरी पीटीसी की टीम करके जिन्होंने मैंने मौका दिता। इजाजत दो जी, बोले सो निहाल, सत श्री अकाल, गुड लक हिमांश। वाह जी वाह, जोश देखते ही बनता साढ़े सारे गभरू, सानू भी बड़ा माण है जी। एक बार जोरदार ताड़िया ना 9 फाइनलिस्ट दे लई। कहिंदा गभरू शकीन सीने दहकदा ए लावा, वो गभरू शकीन सीने दहकदा ए लावा, जचदे ने बड़े पाउंदे ने जदों पंजाबी पहरावा। पंजाबी ट्रडिशनल वीर राउंड तुसीं देख चुके हो जी, ते हुण ये तो एक सिर्फ पहला रंग से जिहड़ा इन्हां गभरूआं ने फाइनलिस्ट ने दिखाया, बाकी हले होर रंग दिखाने ने बाकी दे जिहड़े साडे मुकाबले होणगे।